ਚੰਗੀ ਪਲੀਅਰ ਮੈਂ ਛੱਡ ਕੇ ਗਿਆ, ਕੱਲ ਇਹਨੇ ਦੁੱਧ ਪੀਤਾ, ਉਲਟੀ ਕੀਤੀ, ਮੈਂ ਸੂਰਜ ਡਰਦੀ ਫਿਰ ਚੱਲ 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 ਕਿੰਨੇ ਆ ਗਿਣ ਲਈਏ ਇੱਕ ਵਾਰੀ ਜ਼ਰਾ, 3 ਤੇ 2 5। ਕੱਲ ਹੀ ਲਿਆ ਸੀ ਬੱਚਾ ਅਤੇ ਕੱਲ੍ਹ ਹੀ ਇਹਦਾ ਸੌਦਾ ਹੋ ਗਿਆ ਜਨਾਬ। ਉਮੀਦ ਆ ਕਿ ਇਨਸ਼ਾਅੱਲਾ ਅੱਜ ਸ਼ਾਮੀ ਕਾਰਗੋ ਕਰਵਾ ਦੇਣਾ ਜੀ, ਅਤੇ ਮੈਂ ਕਿਹਾ ਜੀ ਸ਼ਾਮੀ ਕਾਰਗੋ ਕਰਵਾਉਣਾ ਅਤੇ ਹੁਣ ਟਾਈਮੋ ਟਾਈਮ ਖਿਲਾ ਲਈਏ, ਠੀਕ ਹੈ। ਥੋੜ੍ਹਾ ਜਿਹਾ ਡੋਗ ਫੂਡ ਖਿਲਾਇਆ ਇਹਨੂੰ, ਖਿਲਾਇਆ ਕਿ ਖਿਲਾ ਰਿਹਾ ਹਾਂ, ਠੀਕ ਹੈ। ਉਹਨੂੰ ਵੀ ਰੱਖਿਆ ਵਾ, ਦੂਸਰੇ ਬੱਚਿਆਂ ਨੂੰ ਵੀ ਪਾਇਆ, ਅਤੇ ਉਹ ਹੁਣ ਮਾਨ ਦੁੱਧ ਪੀ ਰਹੇ ਹੈਗੇ। ਮੈਂ ਕਿਹਾ ਆ ਕੇ ਪਹਿਲੇ ਇਹਨਾਂ ਨੂੰ ਵੇਖੀਏ, ਇੱਥੇ ਪੱਖਾ ਰੱਖ ਕੇ ਲਾਇਆ ਸੀਗਾ ਫਰਸ਼ੀ, ਤਾਂ ਕਿ ਬੱਚਿਆਂ ਨੂੰ ਜਿਹੜੀ ਹਵਾ ਜਾਂਦੀ ਰਹੇ, ਅੰਦਰ ਹਵਸ ਨਾ ਬਣੇ। ਮੋਟੋ 'ਤੇ ਮੈਂ ਛੱਡ ਦਿੱਤੀ ਉੱਥੋਂ, ਅਤੇ ਰਹਿ ਗਈ ਆਪਣਾ ਬਿੰਦੀਆ ਬਾਹਰ ਕੱਢਣੇ ਵਾਲੀ ਬਸ, ਅਤੇ ਬਿੰਦੀਆਂ ਨੂੰ ਵੀ ਕੱਢਦਾ, ਅਤੇ ਬਿੰਦੀਆਂ ਦੇ ਉੱਪਰ ਉੱਥੇ ਕੋਈ ਪੱਖਾ ਛੱਖਾ ਲਾਉਂਦੇ ਹਾਂ, ਤਾਂ ਕਿ ਉਹਨੂੰ ਉੱਥੋਂ ਹਵਾ ਵਗੈਰਾ ਜਾਂ ਕੋਈ ਏਅਰ ਕੂਲਰ ਵਗੈਰਾ ਇੰਤਜ਼ਾਮ ਕਰਦੇ ਹਾਂ, ਤਾਂ ਕਿ ਉਹਨੂੰ ਹਵਾ ਠੰਡੀ ਲੱਗਦੀ ਰਹੇ। ਅਤੇ ਬਾਕੀ ਆ ਲੱਗਾ ਜੀ ਧੜਾ ਧੜ ਮਾਸ਼ਾਅੱਲਾ, ਚੱਟ ਕਰਨ ਠੀਕ ਆ ਜੀ। ਅਤੇ ਇਹ ਖਾ ਲੈਂਦਾ ਉਹਨੇ ਜਦ ਤੱਕ ਘੋੜੀ ਆ ਜਿੱਥੇ ਬੰਨੀ ਸੀ, ਖੁੱਲ੍ਹੀ ਦੇ ਵਿੱਚ ਤੋੜੀ ਪਾਈ ਸੀ, ਜਦ ਮੈਂ ਆਇਆ ਤਾਂ ਸਾਰੇ ਉਲਟਾ ਆ ਗਿਆ, ਵੇਖੋ ਬੁਰੇ ਹਾਲ ਕੀਤੇ ਹੋਏ ਨੇ। ਇਹ ਵੀ ਤੁਹਾਨੂੰ ਬਾਹਰ ਜਾ ਕੇ ਚੈੱਕ ਕਰਾਉਣਾ ਆ, ਅੱਜ ਸਫਾਈ ਸਫੂਈ ਸਾਰੇ ਕੀਤੀ ਹੈ, ਫਲਾਰਾ ਸ਼ਾਲਾ ਨੇ ਵੇੜਿਆ ਆ। ਇੱਕ ਗੁੱਡ ਨਿਊਜ਼ ਵੀ ਤੁਹਾਨੂੰ ਅੱਜ ਸੁਣਾਉਣੀ ਆ ਮੈਂ, ਗੁੱਡ ਨਿਊਜ਼ ਇਹ ਕਿ ਕਾਲੀ ਮੁਰਗੀ ਜਿਹੜੀ ਸਾਨੂੰ ਇੱਥੇ ਨਜ਼ਰ ਨਹੀਂ ਸੀ ਆਉਂਦੀ ਹੁੰਦੀ ਹੈ, ਵੇਖੋ ਅੰਦਰ ਆਉਂਦੀ, ਪਤਾ ਨਹੀਂ ਸੀ ਲੱਗਦਾ ਕਿ ਅੰਡੇ ਕਿੱਥੇ ਦਿੰਦੀ ਹੈ, ਅਤੇ ਉਹ ਅੱਜ ਮੈਂ ਟੋਕਰੀ 'ਚ ਬੈਠੀ ਵੇਖੀ, ਉਹ ਬਿਸਮਿਲਾ ਅੰਡਾ ਟੁੱਟੀ ਨਹੀਂ ਜਾਵੇ, ਉਹ ਇੱਥੇ ਟੋਕਰੀ 'ਚ ਬੈਠੀ ਵੇਖੀ, ਅਤੇ ਮਾਸ਼ਾਅੱਲਾ 3 ਅੰਡੇ ਜਨਾਬ ਉਹਨੇ ਦੇ ਦਿੱਤੇ ਨੇ ਇੱਥੇ ਟੋਕਰੀ ਦੇ ਵਿੱਚ, ਬਾਕੀ ਸ਼ਹਿਰ ਵਿੱਚ ਥੱਲੇ ਥੱਲੇ ਦਿੱਤੇ ਹੁਣ ਪਤਾ ਨਹੀਂ, ਬਹਰਹਾਲ 3 ਅੰਡੇ ਟੋਕਰੀ 'ਚ ਪਏ ਆ, ਇੱਥੇ ਹੀ ਪਏ। ਮੈਂ ਕਿਹਾ ਇੱਥੇ ਆ ਗਈ ਤਾਂ ਖੁਦ ਹੀ ਕੁੜਕ ਹੋ ਕੇ ਇੱਥੇ ਬੈਠ ਗਈ ਆ ਪਿਆ ਕੇ। ਜਿਹੜੀ ਅਸਲ ਗੁੱਡ ਨਿਊਜ਼ ਉਹ ਆ ਕਿ ਇਹ ਜਿਹੜਾ ਆਪਣਾ ਕਾਸਤ ਜੋੜਾ ਜੀ ਨਾ, ਇਹ ਅੰਡੇ ਦੇਣ ਦੀਆਂ ਤਿਆਰੀਆਂ ਦੇ ਵਿੱਚ ਆ, ਫੁੱਲ ਫੁੱਲ ਠੀਕ ਹੈ। ਅੱਜ ਇਹਨਾਂ ਦੀਆਂ ਆਵਾਜ਼ਾਂ ਸੁਣੀਆਂ, ਉਹ ਬੈਠਾ ਨਰ ਅਤੇ ਇਹ ਬੈਠੀ ਹੈ ਮਾਦੀ, ਉਹ ਟੇਬਲ ਦੇ ਨਾ ਬੋਕਸ ਦੇ ਥੱਲੇ ਵੜ ਕੇ ਬੈਠੇ ਹੋਏ ਸੀਗੇ, ਉਹ ਐਂਡ 'ਤੇ ਜਾ ਕੇ ਥੱਲੇ, ਪਤਾ ਨਹੀਂ ਉਹਨੇ ਅੰਡਾ ਦਿੱਤਾ ਹੁੰਦਾ, ਅਤੇ ਫਿਰ ਇਹਨਾਂ ਨੇ ਉੱਠ ਕੇ ਨਹੀਂ ਸੀ ਆਉਣਾ ਹੈਗਾ, ਹੁਣ ਦੋਵੇਂ ਬਾਹਰ ਫਿਰਦੇ ਪਏ ਆ। ਇਨਸ਼ਾਅੱਲਾ ਉਮੀਦ ਆ ਕਿ ਇਹਨਾਂ ਨੇ ਥੋੜ੍ਹੇ ਦਿਨਾਂ ਤੱਕ ਅੰਡਾ ਦੇ ਦੇਣਾ, ਉੱਥੇ ਸਾਡੇ ਗੱਪਾਂ ਮਾਰਦੇ ਮਾਰਦੇ ਇਹਨੇ ਚੱਟ ਕਰ ਦਿੱਤਾ ਜੀ, ਬਿਲਕੁਲ ਠੀਕ ਹੈ ਜੀ, ਦੇਖੋ ਫਿਨਿਸ਼ ਕਰ ਗਿਆ ਜੀ। ਇੱਧਰ ਬੋਕਸ ਮੈਂ ਗਿੱਲਾ ਕੀਤਾ ਸੀਗਾ, ਧੋਤਾ ਸੀਗਾ ਸਾਰਾ, ਠੀਕ ਹੈ, ਥੋੜ੍ਹਾ ਠੰਡਾ ਹੋ ਜਾਏਗਾ। ਅਤੇ ਸੁਬਾਹ ਦੇ ਬੱਚੇ ਅੰਦਰ ਸੀਗੇ, ਪਿੱਲੋ ਬਾਹਰ ਸੀਗੀ, ਅਤੇ ਇੱਕ ਜਿਹੜੀ ਫੀਮੇਲ ਉਹਨੂੰ ਸਵੇਰੇ ਵੀ ਡ੍ਰਿਪ ਲਾਈ ਹੈ, ਠੀਕ ਹੈ, ਉਹ ਅੰਦਰ ਛੱਡੀ ਹੋਈ ਹੈ, ਉਹਨੂੰ ਜਾ ਕੇ ਦੇਖਦੇ ਹਾਂ ਹੁਣੀ ਕੀ ਸੂਰਤ ਹਾਲ ਆ ਉਹਦੀ, ਬਿਹਤਰ ਅਗਰ ਉਹ ਕੀ ਸੂਰਤ ਹਾਲ ਜਾ ਕੇ ਦੇਖਦਾ ਹੁਣੀ। ਹਾਂਜੀ ਅਸਲਾਮ ਅਲੈਕਮ, ਕੀ ਹਾਲ ਹੈ ਸਾਰੇ ਦੋਸਤਾਂ ਦਾ, ਜਨਾਬ ਕਰਦੇ ਹਾਂ ਅੱਜ ਦਾ ਵਲੋਗ ਦਾ ਆਗਾਜ਼, ਅਤੇ ਉਮੀਦ ਕਰਦੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਜਨਾਬ। ਅਤੇ ਖਿਲਾਰਾ ਇਹਦਾ ਤੁਹਾਨੂੰ ਪਤਾ ਸਵੇਰੇ ਜਿੰਨਾ ਖੁੰਝ ਕੇ ਗਿਆ, ਜਦੋਂ ਵਾਪਸ ਆਇਆ ਤਾਂ ਯਕੀਨ ਕਰੋ ਉਹਨਾਂ ਦੁੱਗਣਾ ਖਿਲਾਰਾ ਪਿਆ, ਵੇਖੋ ਖੁਰਲੀ ਇੱਥੇ ਨੇ ਉਲਟਾਈ ਹੋਈ, ਮੂੰਹ ਵਾਲਾ ਤਾਂ ਇਹਨਾਂ ਲਾਇਆ ਹੋਇਆ, ਅਲੱਗ ਮੈਂ ਨਵਾ ਕੇ ਗਿਆ ਸੀ ਇਹਨੂੰ ਬੰਨ ਕੇ, ਇੱਥੇ ਛਾਂ ਹੁੰਦੀ ਹੈ ਠੀਕ, ਅੰਦਰ ਇਹਦੇ ਫਿਰ ਪੈਰਾਂ ਥੱਲੇ ਚੂਜ਼ੇ ਆ ਕੇ ਮਰ ਜਾਂਦੇ ਆ। ਇੱਕ ਚੀਜ਼ ਦਾ ਹੋਰ ਬਲੈਕ ਜਿਹੜਾ ਉਹ ਪਾਣੀ ਦੇ ਵਿੱਚ ਤਸਲੇ ਦੇ ਵਿੱਚ ਡੁੱਬ ਕੇ ਅੰਦਰ ਮਰਿਆ ਪਿਆ ਸੀਗਾ, ਸੁਬਾਹ ਮੈਂ ਦੇਖਿਆ ਸੀਗਾ। ਅਤੇ ਇਹ ਹੁਣ ਲੱਗੀ ਦੁੱਧ ਪਿਲਾਉਣ ਬੱਚਿਆਂ ਨੂੰ, ਪਹਿਲੇ ਇਹਨਾਂ ਨੂੰ ਮੈਂ ਡੋਗ ਫੂਡ ਖਿਲਾਇਆ, ਉਹਨਾਂ ਨੇ ਡੋਗ ਫੂਡ ਖਾਧਾ, ਸਵੇਰੇ ਦਹੀਂ ਰੱਖਿਆ ਸੀਗਾ, ਠੀਕ ਹੈ। ਅਤੇ ਹੁਣ ਜਿਹੜਾ ਇਹਨਾਂ ਨੇ ਆਪਣਾ ਬਾਹਰ ਬੰਨਿਆ, ਅਤੇ ਮਾਂ ਨੂੰ ਜਿਹੜਾ ਝੁੱਟੀ ਲਾ ਰਿਹਾ, ਕਿਉਂਕਿ ਚੱਲਦੇ ਇੱਕ ਨਜ਼ਰ ਜਾ ਕੇ ਦੂਸਰੀ ਫੀਮੇਲ ਦੇਖਦਾ। ਅੱਜ ਮੈਂ ਇੱਥੇ ਅੰਦਰ ਡ੍ਰਿਪ ਲਾਈ ਸੀ, ਗੈਸ ਟੇਬਲ 'ਤੇ ਰੱਖ ਕੇ ਨਾ, ਅਤੇ ਪੱਖੇ ਥੱਲੇ ਬਹਿ ਕੇ ਡ੍ਰਿਪ ਲਾ ਕੇ ਗਿਆ ਸੀਗਾ, ਇੱਥੇ ਮੈਂ ਥੱਲੇ ਛੱਡ ਕੇ ਗਿਆ ਸੀ। ਓਏ ਹੋਏ 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 ਓਏ ਕੀ ਹੋ ਗਿਆ ਯਾਰ, ਇਹ ਤਾਂ ਚੰਗੀ ਭਲੀ ਨੂੰ ਮੈਂ ਛੱਡ ਕੇ ਗਿਆ ਸੀਗਾ, ਚੰਗੀ ਭਲੀ ਨੂੰ ਮੈਂ ਛੱਡ ਕੇ ਗਿਆ, ਕੱਲ੍ਹ ਇਹਨੇ ਦੁੱਧ ਪੀਤਾ, ਉਲਟੀ ਕੀਤੀ, ਮੈਂ ਸੂਰਜ ਡ੍ਰਿਪ ਲਾ ਕੇ ਇੰਜੈਕਸ਼ਨ ਲਾ ਕੇ ਮੈਂ ਉੱਥੇ ਬਿਠਾ ਕੇ ਗਿਆ ਸੀ ਛਾਂ 'ਤੇ, ਮੈਂ ਕਿਹਾ ਇੱਥੇ ਕਿਤੇ ਮੁਰਗੀ ਨਾ ਮਾਰੇ, ਅਤੇ ਉਹ ਉਲਟੀ ਕਰਕੇ, ਅਤੇ ਉਹ ਅੱਲਾ ਨੂੰ ਪਿਆਰੀ, ਵੇਖੋ ਨਾ ਸਿਹਤ ਵੀ ਬਿਲਕੁਲ ਉਹਦੀ ਠੀਕ ਆ, ਕੋਈ ਨਹੀਂ ਲੱਗਦਾ ਹੈਗਾ ਕਿ ਜਿੱਥੋਂ ਜ਼ਿਆਦਾ ਬਿਮਾਰ ਵੀ ਨਹੀਂ ਸੀ, ਅਤੇ ਬਿਲਕੁਲ ਠੀਕ ਹੋ ਗਈ ਸੀਗੀ, ਅਤੇ ਆਪਣਾ
ਕੋਠੀ ਵਗੈਰਾ ਵੀ ਸਹੀ ਕਰਨ ਲੱਗ ਪਈ ਸੀਗੀ ਰਾਤ ਚੱਲ ਤੁਹਾਡੇ ਪਿਛਲੇ ਵਲੋਗ ਦੇਖਣ ਦੁੱਧ ਵੀ ਬੜਾ ਬਿਹਤਰੀਨ ਇਹਨਾਂ ਨੇ ਪੀਤਾ ਸੀਗਾ ਦੁੱਧ ਪੀਣ ਤੋਂ ਕੁਛ ਟਾਈਮ ਬਾਅਦ ਇਹਨੇ ਉਲਟੀ ਕਰ ਦਿੱਤੀ ਸੀਗੀ ਜੰਮਿਆ ਹੋਇਆ ਦੁੱਧ ਕੱਢ ਦਿੱਤਾ ਸੀਗਾ ਮੈਂ ਡਾਕਟਰ ਸਾਹਿਬ ਨੂੰ ਕਾਲ ਕੀਤੀ ਉਹਨਾਂ ਨੇ ਕਿਹਾ ਟ੍ਰੀਟਮੈਂਟ ਜਾਰੀ ਰੱਖੋ ਦੁੱਧ ਨਹੀਂ ਸੀ ਜ਼ਿਆਦਾ ਪਿਲਾਉਣਾ ਇਹਨੂੰ ਥੋੜ੍ਹਾ ਦੁੱਧ ਪਿਲਾਉਣਾ ਸੀਗਾ ਮੈਂ ਕਿਹਾ ਇੱਕਦਮ ਐਕਟਿਵ ਸੀ ਅਤੇ ਮੈਂ ਕਿਹਾ ਚੱਲ ਦੁੱਧ ਪੀ ਲਿਆ ਕਿਉਂਕਿ ਮਾਂ ਨੂੰ ਤੁਸੀਂ ਕਿਹਾ ਸੀਗਾ ਕਿ ਥੋੜ੍ਹੀ ਬਿਹਤਰ ਹੋ ਜਾਏਗੀ ਕਹਿੰਦੇ ਪਿਲਾਉਣਾ ਥੋੜ੍ਹਾ ਪਿਲਾਉਣਾ ਸੀਗਾ ਰਾਤੀ ਵੀ ਟ੍ਰਿਪ ਲਾਈ ਮੈਂ ਤਕਰੀਬਨ 11:30 ਵਜੇ ਅਤੇ ਹੁਣ ਵੀ ਜਨਾਬ ਵਾਲੀ ਅਤੇ ਇਹ ਜਿਹੜਾ ਇਹਨੂੰ ਮੈਂ ਸੁਬਹਾ ਇੱਥੋਂ ਕੰਮ ਸ਼ਾਮ ਨਿਬੇੜ ਕੇ ਇਹਨੂੰ ਡ੍ਰਿਪ ਲਾ ਕੇ ਅਤੇ ਫਿਰ ਗਿਆ ਸੀਗਾ ਮੈਂ ਤਾਂ ਬੜਾ ਖੁਸ਼ ਸੀ ਮੈਂ ਕਿਹਾ ਹੁਣ ਬੜੀ ਸਿਹਤਮੰਦ ਹੋਣੀ ਬੈਠੀ ਨੇ ਜਿੱਦਾਂ ਅੰਦਰ ਆ ਕੇ ਵੇਖਿਆ ਤੁਹਾਡੇ ਸਾਹਮਣੇ ਤਾਂ ਇਹ ਵੀ ਅੱਲਾ ਨੂੰ ਪਿਆਰੀ ਹੋ ਗਈ ਹੁਣ ਗਰਮੀ ਦਾ ਕਰਕੇ ਪਰਿੰਦੇ ਸਾਰੇ ਮੈਂ ਅੰਦਰ ਹੀ ਰੱਖੇ ਹੋਏ ਇੱਥੇ ਠੀਕ ਹੈ ਉਹ ਮੁਰਗੀ ਜਿਹੜੀ ਕਾਲੀ ਉਹਨੇ ਆਂਡੇ ਮਾਰ ਲਿਆ ਸੀ ਲਾ ਲੈਣੇ ਸੀ ਮੁੱਲੇ ਹੈਗੇ ਅਤੇ ਇੱਧਰੋਂ ਮੈਨੂੰ ਲੱਗਦਾ ਇਹਨਾਂ ਵੀ ਆਪਣੇ ਬੱਚਾ ਕੱਢਿਆ ਕਿ ਪਰ ਹਿੱਲਦਾ ਪਿਆ ਆ ਨਹੀਂ ਵੈਸੇ ਇਹਦੇ ਆਪਣੇ ਪਰ ਹਿੱਲਦਾ ਆ ਠੀਕ ਹੈ ਅਤੇ ਉੱਧਰ ਉਹਨੇ ਕੁੜਕ ਮਾਰ ਲਿਆ ਇਹਨਾਂ ਦਾ ਕਰਕੇ ਪੱਖਾ ਜਿਹੜਾ ਨਾ ਰਾਤ ਦਿਨ ਮੈਂ ਚਲਾਈ ਰੱਖਦਾ ਕਿਉਂਕਿ ਉੱਧਰ ਵੀ ਮੁਰਗੀਆਂ ਨੇ ਅਤੇ ਬੱਚੇ ਵੀ ਸਾਰੇ ਇੱਧਰ ਤਾੜੇ ਹੋਏ ਆ ਅਤੇ ਇਸ ਕਰਕੇ ਫਿਰ ਮੈਂ ਨਾ ਚੂਜ਼ੇ ਵੀ ਇੱਥੇ ਸੀਗੇ ਇਹਨਾਂ ਨੇ ਵੀ ਅੰਦਰ ਰੱਖ ਦਿੱਤਾ ਕਿ ਬਾਹਰ ਗਰਮੀ ਬੜੀ ਚਲੋ ਇੱਥੇ ਅੰਦਰ ਹਵਾ ਆਇਆ ਪੱਖੇ ਦੀ ਇਹਨਾਂ ਨੇ ਮੈਨੂੰ ਦਿਨ ਨਹੀਂ ਕਨਫਰਮ ਕਿ ਮੈਂ ਕਿੱਦਣ ਬਿਠਾਈ ਸੀਗੀ ਕਿਉਂਕਿ ਮੈਂ ਡੇਟ ਨਹੀਂ ਸੀ ਲਿਖੀ ਹੋਈ ਅਤੇ ਹਾਲੇ ਤੱਕ ਤਾਂ ਕੋਈ ਅੰਡਾ ਇਹਦਾ ਬ੍ਰੇਕ ਨਹੀਂ ਹੋਇਆ ਦੇਖੋ ਅੱਲਾਹ ਖੈਰ ਕਰੇਗਾ ਇੱਕ ਦੋ ਦਿਨ ਤੱਕ ਇਨਸ਼ਾ ਅੱਲਾਹ ਤਾਲਾ ਉਮੀਦ ਆ ਕਿ ਅੰਡੇ ਇਹਦੇ ਟੁੱਟਣੇ ਸ਼ੁਰੂ ਹੋ ਜਾਣਗੇ ਜਿਹਨਾਂ 'ਤੇ ਡਬਲ ਏ ਲਿਖਿਆ ਜਾਂਦੇ ਅੰਡੇ ਆ ਜਿਹਨਾਂ 'ਤੇ ਯੂ ਜਾਂ ਐਮ ਲਿਖਿਆ ਉਹਨਾਂ ਦੂਸਰੀਆਂ ਮੁਰਗੀਆਂ ਦੇ ਆ ਉਹ ਐਮ ਵਾਲੇ ਐਸ ਮੁਰਗੀ ਦੇ ਆ ਯੂ ਵਾਲੇ ਜਿਹੜੀ ਕੱਲ੍ਹ ਤੁਹਾਨੂੰ ਵਲੌਗ 'ਚ ਵਿਖਾਈ ਸੀਗੀ ਉਸ ਮੁਰਗੀ ਦੇ ਆ ਨਵੀਂ ਮੁਰਗੀ ਵੀ ਬੱਚੇ ਲੈ ਕੇ ਤਾਂ ਬਾਹਰ ਹੀ ਫਿਰਦੀ ਰਹਿੰਦੀ ਜ਼ਿਆਦਾਤਰ ਅਤੇ ਖਤਰਾ ਹੀ ਰਹਿੰਦਾ ਕਿਤੇ ਇਹਦੇ ਨਾਲ ਚੱਲ ਜਾਵੇ ਇਹਨੂੰ ਮੈਂ ਫੇਰ ਖੋਲ੍ਹ ਕੇ ਉੱਧਰ ਹੀ ਬੰਨਦਾ ਹਾਂ ਛਾਂ ਦਾ ਕਰਕੇ ਇਹਨੂੰ ਇੱਥੇ ਬੰਨਿਆ ਹੋਇਆ ਸੀਗਾ ਅਤੇ ਇਹ ਪੈਂਦੀ ਬੜੀ ਹੈ ਮੁਰਗੀ ਭਾਈ ਜਿਸ ਤਰ੍ਹਾਂ ਇਹਦੇ ਲੱਗ ਜਾਓ ਨਾ ਅਤੇ ਇਹ ਮਾਰਨ ਲੱਗ ਪੈਂਦੀ ਹੈ ਲਓ ਜੀ ਵੀਰੋ ਮੈਂ ਥੋੜ੍ਹਾ ਜਿਹਾ ਪਹਿਲੇ ਪਾਣੀ ਪੀ ਲਵਾਂ ਯਕੀਨ ਕਰੋ ਬੜਾ ਮੈਨੂੰ ਦੁੱਖ ਹੋਇਆ ਜੋ ਬੱਚੇ ਨੂੰ ਵੇਖ ਕੇ ਕਿ ਉਹਦੀ ਜੋ ਕੰਡੀਸ਼ਨ ਆ ਮੈਂ ਅਸਲ ਚੰਗਾ ਭਲਾ ਸੁਬਹਾ ਛੱਡ ਕੇ ਗਿਆ ਬੜੀ ਐਕਟਿਵ ਸੀਗੀ ਬੜੀ ਬਿਹਤਰ ਸੀ ਮੈਂ ਕਿਹਾ ਇਨਸ਼ਾਅੱਲਾ ਸ਼ਾਮੀ ਨੂੰ ਡ੍ਰਿਪ ਲਾਵਾਂਗੇ ਇਨਸ਼ਾਅੱਲਾ ਇਹ ਕਿ ਅੱਲਾ ਕਰੇ ਬਿਹਤਰ ਹੋ ਜਾਏਗੀ ਕੋਸ਼ਿਸ਼ ਪੂਰੀ ਕਰ ਰਹੇ ਹਾਂ ਬਹਰਹਾਲ ਹੁਣ ਉਹ ਜੋ ਰੱਬ ਨੂੰ ਮਨਜ਼ੂਰ ਆ ਇਨਸਾਨ ਉਦੋਂ ਜ਼ਿਆਦਾ ਮਹਿਸੂਸ ਹੁੰਦਾ ਕਿ ਜਦੋਂ ਯਾਰ ਕਿ ਮੇਰੇ ਵੱਸ ਵਿੱਚ ਸੀਗਾ ਤਾਂ ਮੈਂ ਕੁਛ ਕਰ ਨਹੀਂ ਸਕਿਆ ਪਹਿਲੇ ਦਿਨ ਮੈਨੂੰ ਮਾਲੂਮ ਹੋਇਆ ਕਿ ਜਾਨਵਰ ਢਿੱਲੇ ਨੇ ਅਤੇ ਮੈਂ ਫੌਰੀ ਚੱਕ ਕੇ ਇਹਨਾਂ ਨੂੰ ਲੈ ਗਿਆ ਟ੍ਰੀਟਮੈਂਟ ਕਰਾਇਆ ਡ੍ਰਿਪਾਂ ਲਾ ਰਿਹਾ ਧਿਆਨ ਦੇ ਨਾਲ ਠੀਕ ਹੈ ਪਰ ਰੱਬ ਨੂੰ ਨਹੀਂ ਸੀ ਮਨਜ਼ੂਰ ਇਹਨਾਂ ਨਾਲ ਬਚਣਾ ਹਾਲਾਂਕਿ ਮੇਰਾ ਦਿਲ ਬਹੁਤ ਕਹਿੰਦਾ ਸੀਗਾ ਕਿ ਚਲੋ ਐਕਸਪਾਇਰ ਹੋ ਗਈ ਤੇ ਸਰਵਾਈਵ ਕਰ ਜਾਏਗੀ ਜਿਸ ਤਰ੍ਹਾਂ ਗੱਲ ਤੁਸੀਂ ਇਹਦੀ ਐਕਟੀਵਿਟੀ ਵੇਖੀ ਹੋਣੀ ਪਰ ਉਹਨਾਂ ਨੂੰ ਵੇਖ ਕੇ ਨਾ ਵੇਖੋ ਮੈਨੂੰ ਆਪ ਟੈਨਸ਼ਨ ਨਾਲ ਪਸੀਨੇ ਆਉਣਾ ਸ਼ੁਰੂ ਹੋ ਗਿਆ ਅਤੇ ਮੈਂ ਘਰੋਂ ਪਾਣੀ ਲੈ ਕੇ ਆਇਆ ਸੀਗਾ ਠੰਡਾ ਅਤੇ ਚਲੋ ਮੈਂ ਕਿਹਾ ਘੋਟੇ ਪਾਣੀ ਦਾ ਪੀ ਲਈਏ ਯਾਰ ਅਤੇ 10 ਮਿੰਟ ਜ਼ਰਾ ਬ੍ਰੇਕ ਲੈਂਦੇ ਹਾਂ ਅਤੇ ਫਿਰ ਵੀਡੀਓ ਬਣਾਵਾਂਗੇ ਅਤੇ ਕੋਈ ਕੰਮ ਸ਼ੰਮ ਕਰਾਂਗਾ ਬੜਾ ਦਿਲ ਦੁਖੀ ਆ ਯਕੀਨ ਕਰੋ ਬੱਚੇ ਨੂੰ ਵੇਖ ਕੇ ਨਾ ਸਾਰੇ ਲੀਟਰ ਦੇ ਵਿੱਚੋਂ ਖੂਬਸੂਰਤ ਫੀਮੇਲਾਂ ਦੇ ਵਿੱਚੋਂ ਫੀਮੇਲ ਖੂਬਸੂਰਤ ਇਹ ਸੀਗੀ ਜਿਹੜੀ ਕਿ ਅੱਲਾ ਨੂੰ ਪਿਆਰੀ ਸੀ ਸਾਡੇ ਇਸ ਲੀਟਰ ਦੇ ਵਿੱਚੋਂ 3 ਫੀਮੇਲਾਂ ਐਕਸਪਾਇਰ ਹੋ ਗਈਆਂ ਸਾਡੀਆਂ ਠੀਕ ਆ ਟੋਟਲ 9 ਬੱਚੇ ਸੀਗੇ ਇੱਕ ਫੀਮੇਲ ਪਹਿਲੇ ਐਕਸਪਾਇਰ ਹੋ ਗਈ ਸੀਗੀ ਜਿਹੜੀ ਬਰਾਊਨ ਕਲਰ ਦੀ ਸੀਗੀ ਅਤੇ ਉਹ ਖਾ ਗਈ ਸੀਗੀ ਕਾਣੀ ਨੇ ਜਦੋਂ ਮੈਂ ਆਇਆ ਨਾ ਆ ਕੇ ਵੇਖਿਆ ਤਾਂ ਉਹਨੀਆਂ ਅੰਦਰਾਂ ਦੀਆਂ ਪਈਆਂ ਸੀ ਬਰਿਆ ਬੱਚਾ ਗੁੱਤੀਆਂ ਅਕਸਰ ਖਾ ਜਾਂਦੀਆਂ ਨੇ ਅਤੇ ਕੱਲ੍ਹ ਹੋ ਗਈ ਇੱਕ ਅੱਜ ਹੋ ਗਈ ਅਤੇ ਬੜਾ ਦੁੱਖ ਹੋ ਰਿਹਾ ਯਕੀਨ ਕਰੋ ਕਿ ਇੰਨੀ ਮਿਹਨਤ ਕਰੀ ਦੀ ਆ ਅਤੇ ਹੁਣ ਤਾਂ ਅੱਲਾ ਦੀ ਦਾਤ ਨੂੰ ਚਾਹੀਦਾ ਬੜਾ ਅਸੀਂ ਇਨਸ਼ਾਅੱਲਾ ਤਾਲਾ ਆਪਣੀ ਮਿਹਨਤ ਦੋਸਤੋ ਜਾਰੀ ਰੱਖਾਂਗੇ ਬਾਕੀ ਫਲ ਜਿਹੜਾ ਰੱਬ ਦੀ ਦਾਤ ਨੇ ਲਾਉਣਾ ਹੁੰਦਾ ਲੱਕਾਂ ਦੀਆਂ ਮਸਤੀਆਂ ਚੈੱਕ ਕਰੋ ਚੱਲ 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 ਮਿਲਕਾ ਮਿਹਨਤ ਥੱਲੇ ਸਾੜਨੀ ਕਿਤੇ ਚੱਲ 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 ਚੰਗੀ ਭਲੀ ਦੌੜਦੀ ਫਿਰ ਚੱਲ 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 ਸ਼ਾਬਾਸ਼ ਕਿਤੇ 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 ਕਿ ਰੱਸੀ ਤਾਂ ਮੈਨੂੰ ਨਾ ਸਾੜ ਦੀ ਕਿਤੇ ਮੋਟਾ ਵੱਜੀ 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 ਮਸਤੀ ਚੜੀ ਆ ਅਤੇ ਘੁੰਮੀ ਆ ਰਹੀ ਦੌੜਾਂ ਹੀ ਲਾਈ ਯਾਰ ਚੱਲ 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 ਲਓ ਜੀ ਹੁਣ ਠੰਡੀ ਹੋ ਗਈ ਹੁਣ ਲੋ ਇਹਨੇ ਮੂੰਹ ਲਾਇਆ ਜ਼ਮੀਨ ਦੇ ਨਾਲ ਇਹਦਾ ਬੜਾ ਸ਼ੁਕਰ ਲਾਇਆ ਇਹਨੇ ਅੱਗੇ ਮੈਂ ਇੱਕ ਹੱਥ ਨਾਲ ਬੰਨ ਕੇ ਅਤੇ ਫਿਰ ਵੀਡੀਓ ਬਣਾਈ ਆ ਨਹੀਂ ਤਾਂ ਮੈਨੂੰ ਧਰੂ ਕੇ ਲੈ ਜਾਂਦੀ ਭਾਵਾਂ ਦੇਖੋ ਮਾਸ਼ਾਅੱਲਾ ਹੁਣ ਅੱਗੇ ਨੂੰ ਚਮਕ ਆਉਣ ਹੀ ਲੱਗ ਪਈ ਆ
ਧੁੱਪੇ ਜਦੋਂ ਬੰਨਦੇ ਆ ਨਾ ਬਾਹਰ ਨਵਾਨੇ ਆ ਤੇ ਬਾਡੀ ਦੇ ਵਿੱਚ ਵੇਖੋ ਨਾ ਹੁਣ ਸ਼ਾਈਨਿੰਗ ਜੀ ਆਉਣੀ ਸ਼ੁਰੂ ਹੋ ਗਈ, ਬੱਚਿਆਂ ਵਾਲੇ ਵਾਲ ਜਿਹੜੀ ਲੂਣ ਜੀ ਸੀਗੀ ਉਹ ਕਿਰਨੀ ਸ਼ੁਰੂ ਹੋ ਗਈ ਆ ਤੇ ਮਾਸ਼ਾਅੱਲਾ ਕੱਦ ਸ਼ਾਦੀ ਵੀ ਅੱਗੇ ਨਾਲੋਂ ਕਾਫੀ ਬਿਹਤਰ ਹੋ ਗਿਆ ਇਹਦਾ। ਚੱਲ 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 ਇੱਕ ਗੱਡੀ ਸੋਹਣੀ ਲੱਗ ਜੀ ਭਾਈ ਦੀ, ਇਹ ਝਟਕਾ ਲੱਗੂ ਇਹਨੂੰ ਹੁਣ, ਬੜੀ ਖੁਸ਼ ਹੁੰਦੀ ਦੌੜ ਕੇ ਬਹੁਤ ਖੁਸ਼। ਇਹਨਾਂ ਨੂੰ ਸਾਰਿਆਂ ਨੂੰ ਐਂਟੀਬਾਇਓਟਿਕ ਸੀਰਪ ਲਿਆ ਕੇ ਦਿੱਤਾ ਤੇ ਹੁਣ ਨਾ ਮੈਂ ਛੱਡੇ ਆ, ਅੱਗੇ ਇਹਨਾਂ ਨੂੰ ਖੁਰਾਕ ਖਾਧੀ ਸੀ, ਮਾਂ ਨਾਲ ਦੁੱਧ ਵੀ ਪੀਤਾ ਸੀਗਾ ਤੇ ਮੈਂ ਕਿਹਾ ਇਹਨਾਂ ਨੂੰ ਹੋਵੇ ਕਿਤੇ ਇਹ ਵੀ ਬਿਮਾਰ ਹੋ ਜਾਣਾ, ਤਿਆਰ ਸਾਰਿਆਂ ਨੂੰ ਐਂਟੀਬਾਇਓਟਿਕ ਸੀਰਪ ਵੀ ਪੋਟੀਆਂ ਵਾਲਾ ਉਲਟੀਆਂ ਵਾਲਾ ਸਾਰਿਆਂ ਨੂੰ ਲਿਆ ਕੇ ਦਿੱਤਾ। ਹੁਣ ਦੇਖ ਤੇ ਛੱਡੇ 3 ਆ ਵਾ, ਇੱਕ ਆ ਮੇਰੇ ਪੈਰਾਂ 'ਚ ਵੜਿਆ ਹੋਇਆ, ਚੌਥਾ ਪੰਜਵੀਂ ਕਤੂਰੀ ਪਤਾ ਨਹੀਂ ਚਿੱਟੀ ਕਿੱਧਰ ਗਈ, ਉਹ ਵੀ ਕਿਤੇ ਕਿਤੇ ਫਿਰਦੀ ਹੋਣੀ ਸੈਰ ਕਰਦੀ, ਉਹ ਫਿਰਦੀ ਪਈ ਪੰਜਵੀਂ ਉਹ ਉੱਧਰ ਫੇਰੀ ਨਾਲੇ, ਕਿਤੇ ਕੱਚੀ ਮਿੱਟੀ ਹੈ ਗਿੱਲੀ ਕੀਤੀ ਹੋਈ ਹੈ, ਠੰਡੀ ਜਗ੍ਹਾ ਆ, ਦੂਸਰੀ ਗੱਲ ਬੋਕਸ ਦੇ ਵਿੱਚ ਛੋਟਾ ਬਹਿ ਬਹਿ ਕੇ ਵੀ ਥੱਕ ਜਾਂਦੇ ਆ, ਦੌਰਾਨ ਥੋੜ੍ਹਾ ਤੁਰਨ ਫਿਰਨਗੇ ਨਾ, ਇਹਨਾਂ ਦੀ ਵਾਕ ਸ਼ਾਕ ਹੋਏਗੀ, ਮੈਂ ਕਿਹਾ ਖੁਰਾਕ ਵੀ ਤਾਂ ਹਜ਼ਮ ਕਰਨਗੇ ਨਾ। ਹੁਣ ਇਸ ਤਰ੍ਹਾਂ ਹੀ ਕਰਿਆ ਕਰਨਾ ਕਿ ਸ਼ਾਮ ਨੂੰ ਛੱਡ ਦਿਆ ਕਰਨੇ ਆ, ਮਗਰ ਦੂਸਰੀ ਕੁੱਤੀਆਂ ਦੀ ਟੈਨਸ਼ਨ ਆ ਪੈਂਦੀ ਆ, ਅੱਲਾ ਕਰੇ ਤਿਆਰ ਆ ਪੈਂਦੀ, ਅੰਦਰ ਰਿਹਾ ਕਰਨਾ, ਰਾਤ ਸਾਰੀ ਖੁੱਲ੍ਹੀ ਰਿਹਾ ਕਰਨਗੇ ਇੱਥੇ ਆਪ, ਇੱਥੇ ਕੋਲ ਇਹ ਰਾਤ ਸਾਰੀ ਖੁੱਲ੍ਹੀ ਫਿਰਦਿਆ ਕਰਨਗੇ, ਸਵੇਰੇ ਬੰਦ ਕਰ ਦਿੱਤੇ ਆਪੇ ਮਾਂ ਦੇ ਨਾਲ, ਇੱਥੇ ਇਹਨਾਂ ਨੇ ਇਕੱਠੇ ਹੋ ਕੇ ਕੱਚੀ ਜਗ੍ਹਾ 'ਤੇ ਬਹਿ ਜਾ ਕਰਨਾ ਹੈ। ਆ ਵੇਖੋ ਨਾ ਹੁਣ ਕਿੰਨੇ ਖੁਸ਼ ਆ, ਕੱਚੀ ਜਗ੍ਹਾ 'ਤੇ ਫਿਰਦੇ ਆ, ਮਾਂ ਦੇ ਨਾਲ ਖੇਡਦੇ ਆ, ਦੁੱਧ ਪੀਂਦੇ ਆ, ਹਨ ਮਾੜਾ ਮਾੜਾ ਦੁੱਧ ਪੀਣਗੇ ਫਿਰ ਤੁਰ ਲੈਣਗੇ, ਅੱਲਾ ਕਰੇ ਇਹੀ ਬਚ ਜਾਣ ਜਿਹੜੇ ਹੈਗੇ ਆ। ਬੜਾ ਦੁੱਖ ਹੁੰਦਾ ਯਕੀਨ ਕਰੋ ਜਦੋਂ ਤੁਸੀਂ ਇੰਨੀ ਮਿਹਨਤ ਕਰਦੇ ਆ ਅਤੇ ਇੰਨੇ ਸੋਹਣੇ ਬੱਚੇ ਤੁਹਾਡੇ ਹੱਥਾਂ ਦੇ ਸਾਹਮਣੇ ਤਾਇਆ ਹੁੰਦੇ ਤਾਂ ਬਹੁਤ ਦੁੱਖ ਹੁੰਦਾ ਜੀ। ਅਤੇ ਮਾਸ਼ਾਅੱਲਾ ਅੱਲਾ ਇਹਨਾਂ ਨੂੰ ਤੰਦਰੁਸਤੀ ਦੇਵੇ, ਦੁਆ ਕਰੀਏ, ਚਲੋ ਇਹੀ ਸਾਡਾ ਸ਼ੌਕ ਪੂਰਾ ਕਰਾ ਦੇਣ। ਲਓ ਜੀ ਵੀਰੋ, ਰਾਤ ਦੇ 12:30 ਵਜੇ ਜਨਾਬ ਮੈਂ ਲੈ ਕੇ ਆਇਆ, ਠੀਕ ਆ। ਆਈਫੋਨ ਮੈਂ ਆਪਣਾ ਇੱਥੇ ਚਾਰਜਿੰਗ ਲਾ ਕੇ ਗਿਆ ਸੀਗਾ, ਇਸ ਕਰਕੇ ਮੈਂ ਅੱਡੇ ਜਾ ਕੇ ਵੀਡੀਓ ਨਹੀਂ ਬਣਾ ਸਕਿਆ, ਕਿਉਂਕਿ ਰਾਸਤੇ ਦਾ ਤੁਹਾਨੂੰ ਪਤਾ ਬੜਾ ਕੰਮ ਖਰਾਬ ਸੀ, ਅਤੇ ਮੋਟਰਸਾਈਕਲ 'ਤੇ ਮੈਂ ਗਿਆ ਸੀਗਾ, ਹੁਣ ਜਨਾਬ ਪਹੁੰਚਿਆ ਹੀ ਹਾਂ। ਮੈਂ ਕਿਹਾ ਚਲੋ ਖੋਲ੍ਹ ਕੇ ਦੇਖੀਏ ਅਸੀਂ ਵੀ ਚਕੋਰਾਂ ਦੇ ਬੱਚੇ ਜਨਾਬੇ ਵਾਲੀ ਕੈਸੇ ਨੇ, ਅਤੇ ਉਹ ਵੇਖੋ ਮਾਸ਼ਾਅੱਲਾ ਨਜ਼ਰ ਆ ਰਹੇ ਨੇ ਅੱਛੇ ਖਾਸੇ ਬਟੇਰ ਜਿਹੜੇ ਦੇ ਹੈਗੇ ਆ, ਇਹਨਾਂ ਨੂੰ ਅੰਦਰ ਹੀ ਛੱਡਦੇ ਹਾਂ ਜਨਾਬ, ਅੰਦਰ ਹੀ ਛੱਡ ਕੇ ਤੁਹਾਨੂੰ ਚੈੱਕ ਕਰਾਉਣਾ ਆ, ਅਤੇ ਨਾਲੇ ਇਹਨਾਂ ਦਾਣਾ ਪਾਣੀ ਪਾਉਂਦੇ ਆ, ਓੜੀ ਨਾ ਜਾਣ ਇੱਥੇ ਕਿਤੇ। ਛੁਰੀ ਤੁਸੀਂ ਵੇਖ ਰਹੇ ਹੋਣੇ ਨਾ, ਇਹ ਕਰਨ ਵਾਸਤੇ ਨਹੀਂ ਹੈਗੇ, ਅਤੇ ਛੁਰੀ ਜਨਾਬੇ ਵਾਲੀ ਫੀਤਾ ਕੱਟਣ ਵਾਸਤੇ, ਠੀਕ ਹੈ। ਤਾਂ ਕਹਿੰਦੇ ਨਾ ਇਫਤਤਾਹ ਕਰੀਏ, ਅਤੇ ਇਹਨਾਂ ਨੂੰ ਇੱਥੇ ਇਸ ਪਿੰਜਰੇ ਵਿੱਚ ਛੱਡਦੇ ਹਾਂ, ਅਤੇ ਕੱਲ੍ਹ ਸੁਬਹਾ ਜਨਾਬੇ ਵਾਲੀ ਇਹਨਾਂ ਦੀ ਕੋਈ ਜਗ੍ਹਾ ਸ਼ਗਾ ਬਣਾਵਾਂਗੇ ਜਾਂ ਮੁਰਗੀਆਂ ਨਾਲ ਛੱਡਾਂਗੇ, ਬੜਾ ਹਾਜ਼ਰ ਮੌਕੇ ਇਹਨਾਂ ਨੂੰ ਇਸ ਪਿੰਜਰੇ 'ਚ ਤਾੜਦੇ ਹਾਂ ਇੱਥੇ। ਲਓ ਜੀ ਡੋਰੀਆਂ ਦੇਂਦੀਆਂ ਮੈਂ ਕੱਟ ਲਈਆਂ ਜੀ, ਠੀਕ ਆ ਜੀ, ਅੱਲਾ ਰੱਖੇ ਕੈਰ 'ਤੇ। ਫਸਟ ਟਾਈਮ ਲੱਗਾ ਜੀ ਮੈਂ ਇਹਨਾਂ ਨੂੰ ਕੱਢਣ, ਕਿਉਂਕਿ ਆਪਾਂ ਕਦੀ ਨਾ ਰੱਖੇ, ਪਹਿਲੇ ਸ਼ੌਕ ਸੀਗਾ, ਤਾਂ ਉਸਮਾਨ ਭਾਈ ਨੇ ਦਿੱਤਾ ਰਹੇ ਸਰਪ੍ਰਾਈਜ਼ ਹੈ ਜਨਾਬ ਸਾਨੂੰ, ਠੀਕ ਹੈ। ਮੈਨੂੰ ਪਤਾ ਹੀ ਨਹੀਂ, ਮੈਂ ਸੁੱਤਾ ਪਿਆ ਸੀਗਾ ਅਤੇ ਮੈਨੂੰ ਕਾਲਾਂ ਆਈਆਂ ਹੋਈਆਂ ਸੀਗੀਆਂ, ਜਦੋਂ ਮੈਂ ਉੱਠ ਕੇ ਵਟਸਐਪ 'ਤੇ ਮੈਸੇਜ ਚੈੱਕ ਕੀਤੇ ਤਾਂ ਮੈਸੇਜ ਆਏ ਹੋਏ ਸੀਗੇ, ਗੱਡੀ ਦਾ ਨੰਬਰ ਆਇਆ ਹੋਇਆ ਸੀਗਾ ਜੀ, ਕੰਡਕਟਰ ਦਾ ਨੰਬਰ ਆਇਆ ਸੀਗਾ, ਇਹ ਨੰਬਰ ਆ ਤਾਂ ਚਕੋਰਾਂ ਦੇ ਬੱਚੇ ਜਨਾਬ ਤੁਹਾਡੇ ਵਾਸਤੇ ਭੇਜ ਦਿੱਤੇ ਜੇ, ਤਾਂ ਜਾ ਕੇ ਰਿਸੀਵ ਕਰ ਲਈਓ। ਅਤੇ ਤਕਰੀਬਨ ਉਹਨਾਂ ਨੇ ਕਿਹਾ 10:30-11 ਵਜੇ ਆਵਾਂਗਾ ਮੈਂ, ਹੁਣ 12:30 ਹੋ ਗਿਆ, ਯਾਨੀ ਤਕਰੀਬਨ 20-25 ਮਿੰਟ ਮੈਨੂੰ ਲੱਗੇ ਹੋਣੇ ਪਹੁੰਚਣ ਲੱਗੇ, ਕੋਈ ਰਸਤਾ ਖਾਲੀ ਸੀਗਾ। ਅਤੇ ਲਓ ਜੀ ਮਾਸ਼ਾਅੱਲਾ ਉਸਮਾਨ ਬਾਈ, ਸ਼ੁਕਰੀਆ ਤੁਹਾਡਾ, ਵੇਖੀਏ ਪਹਿਲੇ ਸਾਰੇ ਜੀਂਦੇ ਨੇ ਅਤੇ ਹੈਗੇ ਕਿੰਨੇ ਆ ਭਲਾ। ਉਹਨਾਂ ਨੇ ਕਿਹਾ ਸੀ 10 ਬੱਚੇ ਹੋਣੇ, ਮਾਸ਼ਾਅੱਲਾ ਤਾਂ ਚੰਗੇ ਭਲੇ ਤਗੜੇ ਹੋਏ, ਇਸ ਲਈ ਮੈਂ ਕਹਿੰਦਾ ਨਾ ਤਿੱਤਾ ਦੀ ਨਸਲ ਹੀ ਲੱਗਦੀ, ਉਹ ਬਹੁ ਵੇਖੋ ਨੇ ਸ਼ਕਲ ਇਹਨਾਂ ਨੇ ਇਸ ਤਰ੍ਹਾਂ ਜਿਵੇਂ ਤਿੱਤਰਾਂ ਦੀਆਂ ਹੁੰਦੀਆਂ ਨੇ, ਠੀਕ ਹੈ, ਕਿੰਨੇ ਖੂਬਸੂਰਤ ਨੇ ਮਾਸ਼ਾਅੱਲਾ। ਫੜ ਕੇ ਵੇਖਾਂ, ਮਾਸ਼ਾਅੱਲਾ ਵੇਖੋ ਨਾ, ਬਿਲਕੁਲ ਇਸ ਤਰ੍ਹਾਂ ਹੀ ਲੱਗਦਾ ਕਿ ਜਿਸ ਤਰ੍ਹਾਂ ਤਿੱਤਰ ਦੇ ਬੱਚੇ ਨੇ। ਦੇਖਾਂ ਉੱਡਦੇ ਆ, ਉੱਡਦੇ ਆ, ਨਹੀਂ ਉੱਡਿਆ ਤਾਂ ਨਹੀਂ ਹੈਗਾ, ਬੜਾ ਲਾਉਣਚਾਰੇ ਥੱਕੇ ਬੜੇ ਆ, ਕਿਉਂਕਿ ਸਫ਼ਰ ਬੜਾ ਇਹਨਾਂ ਨੇ ਕੀਤਾ, ਉਹਨਾਂ ਨੇ ਕਿਤੇ ਦੁਪਹਿਰ ਦੇ ਰਖਾਏ ਆ ਅਤੇ ਹੁਣ ਪਹੁੰਚੇ ਜਾ ਕੇ, ਅਤੇ ਇਹਨਾਂ ਨੂੰ ਦਾਣਾ ਵੀ ਪਾਈਏ ਅਤੇ ਪਾਣੀ ਵੀ ਪਾਈਏ, ਉਂਝ ਮਾਸ਼ਾਅੱਲਾ ਤਕੜੇ ਆ, ਜਿੰਦ ਜਾਨ ਸੰਭਾਲੀ ਹੋਈ ਆ ਆਪਣੀ,
ਇਨਸ਼ਾਅੱਲਾ ਕਿ ਦਿਨਾਂ ਦੇ ਵਿੱਚ ਅੱਲਾ ਕਰਕੇ ਤਕੜੇ ਵੀ ਹੋ ਜਾਣਗੇ। ਚਲੋ 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 ਆਜ਼ਾਦ ਹੋ ਜਾਓ, ਡੱਬੇ 'ਚੋਂ ਨਿਕਲੋ ਬਾਹਰ, ਖੁੱਲ੍ਹੇ ਫਿਰੋ ਜ਼ਰਾ। ਕਿੰਨੇ ਆ ਗਿਣ ਲਈਏ ਇੱਕ ਵਾਰੀ ਜ਼ਰਾ, 3 ਤੇ 2 5, 3 ਤੇ 4 10 ਪੂਰੇ ਨੇ ਮਾਸ਼ਾਅੱਲਾ। ਉਹ ਕੁਛ ਤਕੜੇ ਨੇ ਤਾਂ ਮੇਰੇ ਤੇ ਮਾੜਾ ਜਿਹਾ ਪਿੱਛੇ ਫਿਰਦਾ ਸੀ, ਅੱਗੇ ਨੱਸ ਗਿਆ। ਠੀਕ ਹੈ, ਅਤੇ ਇਹਨਾਂ ਨੂੰ ਮੈਂ ਇੱਥੇ ਦਾਣਾ ਵੀ ਪਾਵਾਂ ਅਤੇ ਪਾਣੀ ਵੀ ਪਾਵਾਂ। ਠੀਕ ਹੈ, ਅਤੇ ਫਿਰ ਤੋਂ ਲੈਣ ਦੇਖ ਰਹੇ ਕਿ ਅਸੀਂ ਆ ਕਿੱਥੇ ਗਏ ਨਵੀਂ ਜਗ੍ਹਾ 'ਤੇ ਹੈ। ਭੁੱਖ ਲੱਗੀ ਹੋਈ ਹੈ, ਵੇਖੋ ਬੱਚੇ ਕਿੱਦਾਂ ਮੂੰਹ ਮਾਰਨ ਲੱਗੇ। ਗਾਰੀ ਗੱਲ 8-9 ਘੰਟੇ ਕੁਛ ਖਾਧਾ ਨਹੀਂ, ਉਹਨਾਂ ਨੂੰ ਬਾਜਰਾ ਪਾਉਣਾ ਨਾਲੇ ਪਾਣੀ ਰੱਖਦਾ ਇੱਥੇ। ਹੁਣ ਵੇਖਦੇ ਹਾਂ ਜੀ, ਪਾਣੀ ਛਾਣੀ ਤਾਂ ਰੱਖ ਦਿੱਤਾ, ਉਹਨਾਂ ਨੂੰ ਖੁਰਾਕ ਵੀ ਖਾਧੀ ਉਹਨਾਂ ਨੇ ਵੀ ਕਿ ਨਹੀਂ। ਅਤੇ ਮਾਸ਼ਾਅੱਲਾ ਵੇਖੋ ਸਾਰੇ ਦੇਖੋ ਆ ਕੇ ਨਾ ਪਾਣੀ ਨੂੰ ਜੁੜੇ। ਮੈਂ ਸਾਫ਼ ਕਰਕੇ ਬਰਤਨ ਤਾਜ਼ਾ ਠੰਡਾ ਪਾਣੀ ਕੱਢ ਕੇ ਮੋਟਰ ਵਾਲਾ ਪਾਇਆ, ਤਾਂ ਕਿ ਨਵੀਂ ਥਾਂ ਵਾ ਅਤੇ ਇਹਨਾਂ ਨੂੰ ਆਪਣਾ ਠੰਡਾ ਪਾਣੀ ਹੋਵੇ। ਗਰਮੀ ਦੇ ਵਿੱਚ ਆਏ ਆ। ਔਰ ਜੀ ਮਾਸ਼ਾਅੱਲਾ ਉਸਮਾਨ ਬਾਈ, ਤੁਹਾਡਾ ਤੋਹਫ਼ਾ ਜਨਾਬ ਸਾਡੇ ਕੋਲ ਸਾਰੇ ਮਾਸ਼ਾਅੱਲਾ ਖੈਰ ਵਾਫੇ ਨਾਲ ਪਹੁੰਚ ਗਏ ਨੇ। ਪਾਣੀ ਪੀ ਰਹੇ ਜੀ, ਇੱਕ ਵਾਰੀ ਆਪਣੀ ਮਰਜ਼ੀ ਨਾਲ ਪੀਣ, ਪੇਟ ਸ਼ੇਟ ਆਪਣੇ ਸਾਫ਼ ਕਰਨਗੇ। ਅਤੇ ਇਨਸ਼ਾਅੱਲਾ ਫਿਰ ਇਹਨਾਂ ਨੂੰ ਕੱਲ੍ਹ ਜਾਂ ਪਰਸੋਂ ਬਾਹਰ ਕੱਢਾਂਗੇ, ਹਾਲੇ ਤੱਕ ਤਾਂ ਅੰਦਰ ਹੀ ਰਹਿਣ, ਕਿਤੇ ਓਡ ਛੋਡ ਨਾ ਜਾਣ। ਅਤੇ ਲਓ ਜੀ ਦੋਸਤੋ, ਅੱਜ ਦੇ ਵਲੋਗ ਦਾ ਇੱਥੇ ਕਰਦੇ ਕੰਮ। ਅਤੇ ਉਸਮਾਨ ਬਾਈ ਬੜਾ ਸ਼ੁਕਰੀਆ ਤੁਹਾਡਾ ਜਨਾਬ, ਮੈਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਮੇਰੇ ਵਾਸਤੇ ਸਰਪ੍ਰਾਈਜ਼ ਭੇਜਿਆ ਵਲੋਗ, ਮੈਂ ਤੁਹਾਨੂੰ ਕਿਹਾ ਸੀਗਾ ਕਿ ਅਸੀਂ ਵਿੱਚ ਕੋਰਾਂ ਰੱਖਾਂਗੇ। ਹਾਲਾਂਕਿ ਮੇਰਾ ਇਰਾਦਾ ਹਲੇ ਕੋਈ ਵੀ ਨਵਾਂ ਬਰਡ ਲਿਆਉਣ ਦਾ ਨਹੀਂ ਸੀ ਹੈਗਾ, ਕਿਉਂਕਿ ਤੁਹਾਨੂੰ ਪਤਾ ਡੋਗ ਪਿਛਲੇ ਦਿਨ ਐਕਸਪਾਇਰ ਹੋ ਗਿਆ, ਫਿਰ ਬੱਚਾ ਵੀ, ਫਿਰ ਉਹਨੂੰ ਸੰਭਾਲਣਾ, ਉਹਨੂੰ ਵੀ ਡ੍ਰਿਪ ਲਾਉਣੀ, ਉਸ ਤੋਂ ਇਲਾਵਾ ਫਿਰ 2 ਫੀਮੇਲਾਂ ਮੋਟੋ ਵੀ, ਅਤੇ ਉਹ ਜੋ ਕਿ ਨਾਂ ਦਾ ਬਿੰਦੀਆ ਅੱਜ ਕੱਲ੍ਹ ਬੱਚੇ ਦੇਣ ਵਾਲੀ ਆ, ਉਹਦਾ ਵੀ ਖਿਆਲ ਕਰਨਾ, ਪਿੱਛੇ ਵੀ ਬੱਚੇ ਸੰਭਾਲਣੇ। ਅਤੇ ਮੇਰਾ ਇਰਾਦਾ ਨਹੀਂ ਸੀ ਹੈਗਾ ਕਿ ਨਵੇਂ ਸਾਡੇ ਕੋਲ ਪਰਿੰਦੇ ਆਉਣ ਰੱਖੀਏ, ਹਾਲਾਂਕਿ ਸਾਡੇ ਕੋਲ ਜਗ੍ਹਾ ਦਾ ਬੜਾ ਮਸਲਾ। ਬਰਲ ਵੀਰ ਨੇ ਸਾਨੂੰ ਤੋਹਫ਼ਾ ਭੇਜਿਆ, ਅਤੇ ਇਨਸ਼ਾਅੱਲਾ ਕੁਛ ਵੀਰੇ ਇਹਨਾਂ ਨੂੰ ਆਰਾਮ ਬਣਾਵਾਂਗੇ, ਜਿਹੜਾ ਪਿੰਜਰਾ ਚੱਕ ਕੇ ਬਾਹਰ ਰੱਖ ਲਿਆ ਕਰਾਂਗੇ। ਅਤੇ ਜੇ ਉਹ ਦੂਸਰੇ ਚੂਚੇ ਨਾਲ ਐਡਜਸਟ ਕਰ ਗਏ ਅਤੇ ਇਹਨਾਂ ਨੂੰ ਇਨਸ਼ਾਅੱਲਾ ਉਹਨਾਂ ਨਾਲ ਹੀ ਛੱਡ ਜਾਵਾਂਗੇ। ਜੇ ਕਿਸੇ ਦੋਸਤ ਨੂੰ ਐਕਸਪੀਰੀਅੰਸ ਹੋਵੇ ਤਾਂ ਕਮੈਂਟ ਕਰਕੇ ਦੱਸ ਦਿਓ ਕਿ ਜੇ ਅਸੀਂ ਇਹਨਾਂ ਨੂੰ ਚੂਚਿਆਂ ਦੇ ਨਾਲ ਛੱਡ ਦਈਏ, ਮੁਰਗੀਆਂ ਨਾਲ, ਤਾਂ ਉਹਨਾਂ ਨਾਲ ਰਲ ਜਾਣਗੇ, ਕਿਉਂਕਿ ਇੱਕ ਹੋਰ ਚੀਜ਼ ਆ ਉਹ ਮੁਰਗੀ, ਇੱਕ ਹੋਰ ਚੀਜ਼ ਆ ਜੇ ਐਡਜਸਟ ਕਰ ਲੈਣਗੇ ਅਤੇ ਫਿਰ ਸਾਡੇ ਵਾਸਤੇ ਈਜ਼ੀ ਹੋਏਗਾ, ਇੱਕ ਜਗ੍ਹਾ ਖਾਣਾ ਪਾਣੀ ਇਹਨਾਂ ਨੂੰ ਪਾਉਣਾ, ਦਾਣਾ ਛਾਣਾ, ਸਫਾਈ ਕਰਨੀ, ਸਾਰੇ ਮਾਮਲਾ ਸਾਡੇ ਵਾਸਤੇ ਵੀ ਆਸਾਨੀ ਹੋ ਜਾਏਗੀ। ਦੋਸਤੋ ਅੱਜ ਦੇ ਵਲੋਗ ਦਾ ਇੱਥੇ ਕਰ ਦਿੱਤਾ, ਦੁਆ 'ਚ ਯਾਦ ਰੱਖਿਓ, ਫਿਰ ਇਜਾਜ਼ਤ ਦਿਓ ਆਪਣੇ ਵੀਰ ਨੂੰ, ਨੀਂਦ ਬੜੀ ਆਈ ਹੈ ਜਨਾਬ, ਪਾਉਣਾ ਕਿ ਹੋ ਚੱਲਾ ਜੇ, ਅਤੇ ਸੋਈਆਂ 'ਚ 8 ਫਿਰ ਤੜਕੇ ਆਉਣਾ ਅਤੇ ਫਿਰ ਉੱਠ ਜਾਣਾ ਹੈਗਾ। ਦੁਆ 'ਚ ਯਾਦ ਰੱਖਿਓ, ਫਿਰ ਅੱਲਾ ਹਾਫਿਜ਼।